बिस्मिल्लाहिर्रहमानिर्रहीम, अस्सलाम वालेकुम माय यूट्यूब फैमिली, कैसे हैं आप सब? उम्मीद करती हूँ खैरियत से होंगे। अल्हम्दुलिल्लाह जी, मैं भी खैरियत हूँ। आप लोग जहाँ भी रहें, खुश रहें, आबाद रहें, हंसते मुस्कुराते रहें। जो मेरे भैन भाई देश प्रदेश से देख रहे हैं, अल्लाह पाक उन्होंने सेहत तंदुरुस्ती अता फरमाए, जो परेशान हैं अल्लाह पाक उन्होंने परेशानियाँ दूर फरमाए, आमीन आमीन। इसी नेक दुआ के साथ आज का व्लॉग करते हैं शुरू। तो सुबह रूटीन बना भाई ने शेयर करने हैं, तो जी मैं बना रही हूँ सुबह का नाश्ता। ਜਿਹੜੇ ਮੇਰੇ ਭੈਣ ਭਾਈ ਨੇ ਨਾਸ਼ਤਾ ਕਰਨਾ, ਆ ਜਾਓ। ਅਤੇ ਬੱਚੇ ਜਿਹੜੇ ਨੇ ਸਾਹਿਬ ਵਾਲੀ ਪੜ੍ਹ ਰਿਹਾ ਸੀ, ਬਾਹਰ ਜਿਹੜੀ ਉਹ ਬਿਸਤਰਾ ਵਗੈਰਾ ਕੁੰਝ ਰਹੀ, ਅਤੇ ਮੀਆਂ ਜੀ ਅਜੇ ਬਾਹਰ ਨੇ, ਉਹਨਾਂ ਨਾਸ਼ਤਾ ਕਰਕੇ ਉਹਨਾਂ ਨੂੰ ਕੰਮ 'ਤੇ ਜਾਣਾ। ਅਤੇ ਜਾਣ ਲਈ ਵੀ ਆ ਕੇ ਗੁਲਾਬ ਸਲਾਮ ਕਰਨ ਲਈ ਵੀ ਉਹਨਾਂ ਪੱਟੀ ਲੈ ਕੇ ਆ ਗਿਆ, ਨਾਸ਼ਤਾ ਕਰਨ ਵਾਸਤੇ ਬਹਿ ਗਿਆ ਮੇਰੇ ਕੋਲ। ਅਤੇ ਹੁਣ ਜਿਹੜਾ ਬਿਸਤਰਾ ਬਿਸਤਰਾ ਹੀ ਬਸ ਚੁੱਕ ਲੈਂਦੀ ਹੈ, ਸਾਹਿਬ ਵਾਲੇ ਜਿਹੜਾ ਪੜ੍ਹ ਰਿਹਾ। ਅਸਲਾਮ ਅਲੈਕੁਮ ਰੱਖੀ ਅਤੇ ਚੁੱਕ ਲਿਆ, ਉਹ ਪਰਾਂਠੇ 'ਚ ਪਈਆਂ ਨੇ। ਉਹਦੀ ਨੇ ਦੁਪਹਿਰ ਹੁੰਦੀ ਤਾਂ ਉੱਥੇ ਰਾਹ ਦੇ ਦੀਆਂ, ਵੀ ਉਹ ਦੁਪਹਿਰਾਂ ਫਿਰ ਖਰਾਬ ਹੋ ਜਾਂਦੀਆਂ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ ਮੇਰੇ ਭੈਣ ਭਾਈਆਂ ਦਾ? ਠੀਕ ਠਾਕ। ਅੱਜ ਨਾਸ਼ਤੇ ਵਿੱਚ ਕੀ ਹੈ? ਨਾਸ਼ਤੇ ਦਾ ਕਾਹਦੇ ਨਾਲ ਕਰਨਾ? ਨਾਸ਼ਤੇ ਨਾਲ ਚਾਹ ਤੇ ਨਾਲ ਘੀਆ ਤੋਰੀਆਂ ਦਾ ਸਾਗ। ਅੱਛਾ, ਮੈਂ ਉਧਰ ਬੈਠੂੰ। ਕਿੱਧਰ ਬੈਠਣਾ? ਇਬਾਨੇ ਪਹਿਲੇ ਪੜ ਲਏ ਆ। ਇਸ ਤਰ੍ਹਾਂ ਪੰਝ ਲਾਈ ਬਾਨੇ ਸਾਰਾ ਪੜ ਲਿਆ, ਉਸ ਲਗਾ ਗਈ ਪੜ ਕੇ। ਇਬਾਨੇ ਸਵਾਦਾ ਵੀ ਪੜ ਲਿਆ, ਬਿਸਤਰੇ ਵੀ ਕੁੰਜ ਦਿੱਤੇ। ਇਹਦੀ ਮੰਮਾ ਦੀ ਹੈਲਪ ਬੜੀ ਕਰਦੀ ਸੁਬਹ ਸੁਬਹ। ਪਹਿਲੇ ਮੈਂ ਉੱਠੀ ਸਭ ਤੋਂ ਪਹਿਲੇ। ਤੂੰ ਉੱਠੀ? ਸਭ ਤੋਂ ਪਹਿਲੇ ਤਾਂ ਮੈਂ ਉੱਠੀ। ਮੰਮਾ ਤੁਹਾਡੀ ਉੱਠੀ ਸੀ? ਮੈਂ ਨਮਾਜ਼ ਪੜ੍ਹੀ, ਤੇਰੇ ਤੋਂ ਪਹਿਲਾਂ ਉੱਠੀ ਆ, ਫਿਰ ਤੂੰ ਉੱਠੀ, ਫਿਰ ਤੂੰ ਸਾਰਾ ਪੜ੍ਹਿਆ। ਮੰਮਾ ਜੀ ਸਹੀ ਨੀ ਹੋ ਰਹੀ, ਉਹਨੂੰ ਲੱਗੇ ਹੋਏ ਨੇ ਪੇਚਸ, ਪੇਟ ਖਰਾਬ ਹੈ। ਕਦੀ ਆਰਾਮ ਆ ਜਾਂਦਾ, ਕਦੀ ਮੋੜ ਲੱਗ ਜਾਂਦਾ, ਕਦੀ ਠੀਕ ਹੋ ਜਾਂਦਾ। ਅੱਗੇ ਨੇ ਕਬਜ਼ ਇੰਨੀ ਜ਼ਿਆਦਾ ਸੀ, ਹੁਣ ਇਹਨੇ ਟੂਟੀ ਮਾਰ ਲਈ ਹੈ। ਅੱਲਾ ਤਾਲਾ ਤੰਦਰੁਸਤ ਦੇਵੇ। ਹੁਣ ਇਹਨਾਂ ਖਾਣਾ ਕੀ? ਰੋਟੀ ਖਾਓ। ਰੋਟੀ ਖਾਣੀ ਕਿ ਦਸ ਖਾਣੇ? ਮੈਂ ਕਹਿੰਦਾ ਦਸ ਖਾ ਲੈ, ਰੋਟੀ ਨਾ ਖਾ। ਕਹਿੰਦਾ ਰੋਟੀ ਖਾਣੀ, ਚਾਹ ਨਾਲ ਖਾਏਗਾ ਰੋਟੀ। ਪਹਿਲੇ ਦੇਖ ਦੇ ਰੋਟੀ ਕਿਹੜੀ ਖਾਣੀ। ਮੈਂ ਇਸ ਤੇ ਜ਼ਿਆਦਾ ਕੀ ਲੱਗਾ? ਡਿਜ਼ਾਇਨ ਵੀ ਫੁੱਲ ਬਣੇ ਰੋਟੀ ਕੇ ਉੱਪਰ।
ਗੋਲ ਗਿਤਾਰੇ ਨਾਸ਼ਤਾ ਚਾਏ ਕੇ ਸਾਥ ਹੋ ਰਿਹਾ ਚਾਏ ਕੇ ਸਾਥ ਨਾਸ਼ਤਾ ਕਰਨ ਲੱਗੀ ਆਂਟੀ ਅੰਕਲ ਬੈਣਾ ਭਾਈ ਵੀ ਹੋਣ ਤੇ ਛੋਟੇ ਛੋਟੇ ਕੇ ਜਿਹੜੇ ਸਾਡੀ ਵੀਡੀਓ ਵੀ ਹੁੰਦੇ ਨੇ ਉਹ ਤੇ ਛੋਟੇ ਆ ਨਾ ਉਹ ਤਾਂ ਸਾਡੇ ਨੇ ਨਾ ਮੇਰੇ ਆਂਟੀ ਅੰਕਲ ਛੋਟੇ ਛੋਟੇ ਬੱਚੇ ਹੁੰਦੇ ਨੇ ਛੋਟੇ ਛੋਟੇ ਭੈਣ ਭਰਾ ਹੁੰਦੇ ਨੇ ਜਿਹੜੇ ਆਪਣੀ ਵੀਡੀਓ ਵੀ ਹੁੰਦੇ ਨੇ ਮੰਮਾ ਬਾਹਰ ਗਾਣਾ ਸਾਨੂੰ ਰੱਖ ਦੇਵੇ ਆ ਜਾਓ ਸਾਰੇ ਜਿਹੜੇ ਭੈਣ ਭਰਾ ਨਾਸ਼ਤਾ ਕਰ ਲਓ ਸਾਡੇ ਨਾਲ ਚਲੋ ਖਾਣਾ ਸ਼ੁਰੂ ਕਰੋ ਆਪਣੀ ਵੀਡੀਓ ਮੈਂ ਤਾਂ ਖਿਆਲ ਐਡੀ ਅੱਛੀ ਬਣਦੀ ਨਹੀਂ ਆਪਣੀ ਵਿਊਜ਼ ਹੀ ਨਹੀਂ ਆ ਰਹੇ ਪਤਾ ਨਹੀਂ ਕੀ ਚੱਕਰ ਹੈ ਵੀਡੀਓ ਤਾਂ ਸਹੀ ਆ ਰਹੀ ਬਣਦੀ ਆ ਜਿੰਨੀ ਕੁ ਯੋਗ ਹੈਗਾ ਤਾਂ ਸਾਰਾ ਵੀ ਸ਼ੇਅਰ ਕਰਨੇ ਆ ਸਾਰਾ ਰੂਟੀਨ ਖਾਣ ਪੀਣ ਦੀ ਜੋ ਕੱਪੜੇ ਪਹਿਨੇ ਨੇ ਉਹ ਜੋ ਚੀਜ਼ ਵੀ ਸਾਰੀ ਸ਼ੇਅਰ ਕਰੀ ਦੀ ਘਰ ਦਾ ਕੰਮ ਕਾਜ ਵੀ ਪਤਾ ਨਹੀਂ ਕਿਉਂ ਨਹੀਂ ਆ ਰਹੇ ਚਲੋ ਗਾਣਾ ਭਾਈਆਂ ਦੀ ਸਪੋਰਟ ਨਾਲੇ ਅੱਗੇ ਜਾਣਾ ਗਾਣਾ ਬੜਾ ਸਪੋਰਟ ਘੱਟ ਕਰ ਰਿਹਾ ਇੰਨਾ ਸਬਸਕ੍ਰਾਈਬ ਜਿਹੜੇ ਨਵੇਂ ਭੈਣਾਂ ਭਾਈ ਆਉਂਦੇ ਨੇ ਵੇਖ ਕੇ ਤੇ ਚਲੇ ਜਾਂਦੇ ਨੇ ਸਬਸਕ੍ਰਾਈਬ ਨਹੀਂ ਕਰਦੇ ਦੋ ਤਿੰਨ ਦਿਨ ਤੋਂ ਵੀਡੀਓ ਜਿਹੜੀ ਨਾ ਆਪਣੀ ਬਹੁਤ ਸਲੋਅ ਚੱਲ ਰਹੀ ਹੈ ਅੱਗੇ ਸਹੀ ਚੱਲ ਰਹੀ ਸੀ ਵਿੱਚ ਅਤੇ ਹੁਣ ਆ ਕੇ ਨਾ ਯੂਟਿਊਬ ਵਾਲਿਆਂ ਅੱਗੇ ਅੱਗੇ ਦਰਖਾਸਤ ਹੈ ਸਾਡੀ ਵੀ ਸਾਡੀ ਸਪੋਰਟ ਕਰੋ ਸਾਡੀ ਵੀਡੀਓ ਨੂੰ ਗਰੋ ਕਰੋ ਥੋੜ੍ਹੀ ਜਿਹੀ ਅੱਗੇ ਲੈ ਕੇ ਜਾਓ ਸਾਡੇ ਵਿਊਜ਼ ਆਉਣੇ ਚਾਹੀਦੇ ਨੇ ਕਿਉਂ ਬਾ ਯੂਟਿਊਬ ਵਾਲਿਆਂ ਨੇ ਕਿਹਾ ਸਾਡੀ ਵੀਡੀਓ ਨੂੰ ਅੱਗੇ ਲੈ ਕੇ ਜਾਓ ਗਰੋ ਕਰੋ ਅੱਲਾ ਕਰਕੇ ਆਪਣਾ ਚੈਨਲ ਜਿਹੜਾ ਨਾ ਤੁਰ ਪਵੇ ਆਪਣੀ ਇਨਕਮ ਵੀ ਜਲਦੀ ਆ ਜਾਵੇ ਦੁਆ ਕੀਤੀ ਚਲੋ ਇਨਸ਼ਾਅੱਲਾ ਆਪਣੀ ਇਹ ਵੀਡੀਓ ਤੁਰੇ ਇਹ ਵੀਡੀਓ ਆਪਣੀ ਵਾਇਰਲ ਹੋ ਜਾਏਗੀ ਇਨਸ਼ਾਅੱਲਾ ਨਾਲ ਦੀ ਖਾਦਿਸ਼ ਹੋ ਰਹੀ ਹੈ ਕਿੱਥੇ ਹੁੰਦੀ ਚੱਲ ਤੂੰ ਨਾਸ਼ਤਾ ਕਰ ਲੈ ਛੱਡੀਆਂ ਉਹ ਵੀ ਫੱਟੇ ਲੱਗੇ ਲਗਾਏ ਕਰਦਾ ਨੀ ਨਾਸ਼ਤਾ ਚਾਹ ਗਰਮ ਪਹਿਲੇ ਖਾ ਲਿਆ।
ਤੇ ਸਾਰੇ ਨਾਸ਼ਤਾ ਨੁਸ਼ਤਾ ਕਰ ਲਈਏ ਤੇ ਜਿਹੜਾ ਨਾ ਬਾਕੀ ਰੂਟੀਨ ਬਣਾ ਮੈਂ ਉਹਨਾਂ ਸ਼ੁਰੂ ਕਰਨੇ ਆ। ਮੈਂ ਵੀ ਨਾਸ਼ਤਾ ਕਰ ਲਵਾਂ। ਹਾਂਜੀ ਤੁਸੀਂ ਆ ਜਾਓ ਖਾ ਲਓ। ਜੇ ਬੱਚਿਆਂ ਨੇ ਨਾਸ਼ਤਾ ਕਰਾ ਦਿੱਤਾ ਹੈ ਤੇ ਹੁਣ ਮੈਂ ਆ ਵੀ ਕਰ ਰਿਹਾ ਤੇ ਅੰਡ ਤੇ ਹੁਣ ਮੈਂ ਰਹਿ ਗਈ ਹਾਂ ਚਾਹ ਪੀਣ ਲੱਗੀ ਹਾਂ ਤੇ ਜਿਹੜੇ ਮੇਰੇ ਭੈਣ ਭਾਈ ਨੂੰ ਪੀਣੀ ਆ ਜਾਓ। ਤੇ ਬੱਚਿਆਂ ਨੇ ਨਾਸ਼ਤਾ ਨੁਸ਼ਤਾ ਕਰ ਲਿਆ ਮੁਕੰਮਲ ਹੋ ਗਿਆ ਤੇ ਮੀਆਂ ਜੀ ਨਾਸ਼ਤਾ ਕਰਕੇ ਬਹਿ ਗਏ ਨੇ ਉਹਨਾਂ ਵੀ ਆਉਣ ਜਾਣਾ। ਸਲਾਮ ਦੁਆ ਕੀਤਾ ਤੇ ਹਿੱਬਾ ਕਹਿੰਦੀ ਮੈਨੂੰ ਵੀ ਚੈਨਲ ਬਣਾ ਕੇ ਦਿਓ, ਮੈਂ ਵੀ ਵੀਡੀਓ ਬਣਾਇਆ ਕਰਾਂਗੀ। ਵੀਡੀਓ ਬਣਾਇਆ ਕਰੇਂਗੀ? ਹਾਂ। ਤੇ ਅਸੀਂ ਤੇਰੇ ਆਂਟੀ ਅੰਕਲ ਨੂੰ ਪੁੱਛਦੇ ਹਾਂ, ਆਪਣੇ ਭੈਣਾਂ ਭਾਈਆਂ ਨੂੰ ਵੀ ਵਧਾ ਨੂੰ ਵੀ ਅਸੀਂ ਇਹਨੂੰ ਚੈਨਲ ਬਣਾ ਕੇ ਦੇਈਏ ਜਾਂ ਨਾ ਬਣਾ ਕੇ ਦੇਈਏ। ਹਾਲੇ ਮੇਰਾ ਖਿਆਲ ਵੀ ਨਹੀਂ ਬਣਾ ਕੇ ਦੇਣਾ ਚਾਹੀਦਾ, ਉਮਰ ਥੋੜ੍ਹੀ ਜਾਂਦੀ। ਅਤੇ ਸਾਇਮ ਵਾਲੀ ਦਾ ਬਣ ਸਕਦਾ ਚੈਨਲ, ਇਹ ਵੀਡੀਓ ਬਣਾਵੇ ਤਾਂ ਨਹੀਂ, ਪਹਿਲਾਂ ਤੂੰ ਸਿੱਖ ਫਿਰ ਬਾਅਦ ਚ ਇਹਦਾ ਚੈਨਲ ਬਣੇਗਾ। ਫੈਮਲੀ ਆਪਣੇ ਕਾਰੋਬਾਰ ਨੂੰ ਤਰਜੀਹ ਦੇਗਾ ਚੈਨਲ ਦੇ ਵਿੱਚ। ਹਾਂਜੀ, ਹੁਣ ਮੇਰਾ ਵੀ ਨਾਸ਼ਤਾ ਮੁਕੰਮਲ ਹੋ ਗਿਆ ਚਾਹ ਪੀ ਕੇ, ਤੇ ਹੁਣ ਮੰਜੀਆਂ ਵਗੈਰਾ ਜਿਹੜਾ ਉਹ ਚੱਕਣੇ ਆ, ਬਰਤਨ ਵਗੈਰਾ ਧੋਣੇ ਆ, ਸੁਬਾਹ ਦਾ ਕੰਮ ਜਿਹੜਾ ਹੁੰਦਾ ਉਹ ਕਰਨੇ ਆ। ਬਿਸਤਰੇ ਤਾਂ ਚੁੱਕ ਲਿਆ ਸੀ ਬਾਹਰ ਨੇ, ਤੇ ਹੁਣ ਝਾੜੂ ਲਾ ਕੇ ਮੰਜੀਆਂ ਰੱਖਣੇ ਬਰਾਂਡੇ 'ਚ। ਸਾਡਾ ਬਰਾਂਡਾ ਵੀ ਨਾ ਆ ਵਰਗਾ, ਉਹਦੇ ਮੀਂਹ ਆ ਜਾਵੇ ਤਾਂ ਸਾਰਾ ਕੁਝ ਬਰਬਾਦ ਹੋ ਜਾਂਦਾ, ਨਾ ਇੱਥੇ ਸਾਡਾ ਬਦਾਮ ਦਾ ਬਸ ਗੁਜ਼ਾਰੇ ਮੁਤਾਬਕ ਹੀ ਹੈ। ਹਾਂਜੀ, ਬਸ ਇਹ ਅੱਲਾ ਦਾ ਸ਼ੁਕਰ ਵੀ ਹੈਗਾ ਮਾੜਾ ਮੋਟਾ ਆਸਰਾ ਹੈਗਾ, ਆਸਰਾ ਹੈ ਵਾ। ਹਾਂਜੀ, ਵਾਸ਼ਰੂਮ ਦੇ ਕਿੰਨੇ ਚੱਕਰ ਲਾਏ? ਦੋ ਤਿੰਨ ਲਾਏ। ਫਟੀ ਜਾਣ ਗਿਆ। ਚਲੋ ਜੀ, ਮੈਂ ਬਰਤਨ ਬੁਰਤਨ ਜਿਹੜਾ ਰੱਖਿਆ ਵਾ ਕੰਮ ਕਰੀਏ। ਬਰਤਨ ਧੋਣ ਲੱਗੇ? ਹਾਂਜੀ, ਬਰਤਨ ਧੋਣ ਵਾਸਤੇ ਰੱਖਣੇ ਆ, ਨਾ ਤਾਂ ਫਿਰ ਮੰਜੀਆਂ ਚੱਕਣੇ ਆ, ਚੱਲੇ ਦਾ ਫੋਨ ਜਿੱਥੇ ਕਹੀ। ਸਾਇਮ ਵਾਲੀ ਨੇ ਕੱਲ੍ਹ ਰੇਹੜੀ ਲਾਈ ਹੈ, ਤਕਰੀਬਨ 2-3 ਦਿਨ ਬਾਅਦ ਲਾਈ। ਜਿਹੜੇ ਕਸਟਮਰ ਸਨ, ਜਿਹੜੇ ਕਸਟਮਰ ਬਣੇ ਹੋਏ ਸੀ ਸਾਇਮ ਵਾਲੀ ਦੇ, ਜਿਹੜੇ ਆਲੂ ਚਾਟ ਖਾਂਦੇ ਸੀ ਗੋਲ ਗੱਪੇ, ਪੁੱਛਦੇ ਸੀ ਸਾਇਮ ਵਾਲੀ ਭਾਈ ਤੂੰ ਰੇਹੜੀ ਨਹੀਂ ਲਾਈ 2-3 ਦਿਨ। ਹਾਂ, ਕਹਿਣਾ ਸੀ ਵੀ ਮੌਸਮ ਖਰਾਬ ਸੀ, 2-3 ਦਿਨ ਨੇਰ ਤੇ ਬਾਰਿਸ਼ ਆਉਂਦੀ ਰਹੀ, ਇੱਕ ਦਿਨ ਬਣਾਈ ਤੇ ਵਿੱਚੇ ਰਹਿ ਗਈ ਨੇਰੀ ਆ ਗਈ, ਚਾਟ ਵੀ ਖਰਾਬ ਤੇ ਸਾਰਾ ਕੁਛ ਖਰਾਬ। ਉਹ ਨਹੀਂ ਦੱਸਿਆ ਦੇ ਵੀਰ ਨੂੰ ਦੱਸਿਆ ਵਾ। ਅੱਛਾ, ਚਲੋ ਇਨਸ਼ਾਅੱਲਾ ਹੁਣ ਜਿਹੜਾ ਨਾ ਰੈਗੂਲਰ ਲਾਵਾਂਗੇ, ਮੌਸਮ ਅੱਗੇ ਨਾਲ ਬਿਹਤਰ, ਇੰਨੀ ਗਰਮੀ ਨਹੀਂ ਹੈ ਹੁਣ, ਅੱਗੇ ਜਿੰਨੀ ਗਰਮੀ ਨਹੀਂ ਹੈਗੀ। ਨਹੀਂ ਹੁਣ ਤਾਂ ਸੋਹਣੇ ਕਿ
ਹੁਣ ਬਾਰਿਸ਼ ਆਈ ਨਾ ਜਦੋਂ ਦੀ ਉਦੋਂ ਦੀ ਬਹੁਤ ਸਕੂਨ, ਮੌਸਮ ਸਹੀ ਹੋ ਗਿਆ, ਠੰਡਾ ਹੋ ਗਿਆ। ਰਾਤ ਨੂੰ ਥੋੜ੍ਹੀ ਠੰਡ ਲੱਗਣ ਲੱਗ ਪਈ, ਅੱਗੇ ਬਹੁਤ ਜ਼ਿਆਦਾ ਗਰਮੀ ਸੀ। ਚਲੋ ਜੀ ਸੱਤ ਵੱਜ ਗਿਆ ਨੇ ਤੇ ਸੱਤ ਸਾਢੇ ਸੱਤ ਵਜੇ ਮੈਂ ਜਾਣਾ ਕੰਮ ਤੇ, ਚਲਾ ਜਾਣਾ ਜਾਂਦਿਆਂ ਵੀ ਟਾਈਮ ਲੱਗਦਾ, ਸਾਢੇ ਸੱਤ ਵਜੇ ਕੰਮ ਤੇ ਪਹੁੰਚਣਾ ਹੁੰਦਾ। ਕੱਪ ਇੱਥੇ ਪਿਆ, ਇੱਕ ਤੁਸੀਂ ਵੀਡੀਓ ਦਾ ਕਦੋਂ ਐਂਡ ਤੇ ਮੈਂ ਜਾਣਾ ਕੰਮ ਤੇ। ਸਾਈਮਾ ਲਈ ਹੋਮਵਰਕ ਕਿੰਨਾ ਕੁ ਰਹਿ ਗਿਆ ਤੇ? ਉਹ ਇਸ ਟਾਈਮ ਕਰ ਲਿਆ ਕਦੋਂ ਨਾ, ਪਾਰਕ ਜਾਣ ਦੀ ਇਹਨੂੰ ਹੈ ਜਾਣ ਵਾਲੀ ਨੂੰ, ਤੇ ਹੋਮਵਰਕ ਕਰ ਲਿਆ ਕਦੋਂ? ਇਸ ਟਾਈਮ ਬਹਿ ਕੇ ਠੰਡੇ ਠੰਡੇ ਦਿਨੇ ਗਰਮੀ ਹੁੰਦੀ, ਹੋਮਵਰਕ ਲਿਖਿਆ ਕਦੋਂ? ਨਹੀਂ ਵੀਡੀਓ ਲੰਬੀ ਹੋ ਜਾਣੀ ਫਿਰ ਬਾਅਦ ਚ। ਚਲੋ ਜੀ ਸਾਡੀ ਸੁਬਾਹ ਦੀ ਰੂਟੀਨ ਸੀ ਜਿਹੜੀ ਭੈਣ ਭਾਈ ਨੇ ਸ਼ੇਅਰ ਕੀਤੀ ਹੈ। ਹੁਣ ਮੇਰਾ ਜਿਹੜਾ ਕੰਮ ਸੀ ਉਹ ਮੈਂ ਤੁਹਾਨੂੰ ਵੈਸੇ ਦੱਸ ਦੇਣੀ ਆ, ਝਾੜੂ ਫੇਰਨਾ ਹੈ, ਮੰਜੀਆਂ ਚੁੱਕ ਤੇ ਛਾਵੇਂ ਕਰਨੀਆਂ ਨੇ, ਤੇ ਬਸ ਮੁੜ ਕਮਰੇ ਦੀ ਸਫਾਈ ਵਗੈਰਾ ਕਰਕੇ ਤੇ ਫਿਰ ਫਾਰਕ ਹੋ ਜਾਵਾਂਗੀ, ਤੇ ਬਰਤਨ ਧੋਣੇ ਨੇ ਜਿਹੜੇ ਉਹ ਵੀ ਧੋ ਲਵਾਂਗੀ। ਆਹ ਮੇਰੇ ਕੰਮ ਨੇ ਤੇ ਹੁਣ ਅਸੀਂ ਜੀ ਵੀਡੀਓ ਤਾਂ ਕਰਨੇ ਐਂਡ। ਸਾਡੀ ਵੀਡੀਓ ਅੱਛੀ ਲੱਗੀ ਤੇ ਸਾਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਪਿਆਰਾ ਕਮੈਂਟ ਕਰੋ। ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।